ਪੜ੍ਹਨ ਦੇ ਕੋਸ਼ਿਸ਼ ਕਰਦਾ ਹਾਂ ਔਰ ਤੁਹਾਨੂੰ ਭਵਿੱਖਬਾਣੀ ਤੋਂ ਮੈਂ ਸਟਾਰਟ ਕਰਦਾ ਅੱਗੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸੱਤਵਾਂ ਮਹੀਨਾ ਇਹ ਜੁਲਾਈ ਦਾ ਮਹੀਨਾ ਖਤਮ ਨਹੀਂ ਹੋਵੇਗਾ ਔਰ ਤੁਸੀਂ ਪਵਿੱਤਰ ਆਤਮਾ ਪ੍ਰਾਪਤ ਕਰੋਗੇ ਅੰਨੇ ਭਾਸ਼ਾ ਨੂੰ ਪ੍ਰਾਪਤ ਕਰੋਗੇ ਸੁਖੀ ਦੇ ਨਾਮ ਵਿੱਚ ਮੈਂ ਕਿਹਾ ਇਹ ਜੁਲਾਈ ਦਾ ਮਹੀਨਾ ਖਤਮ ਨਹੀਂ ਹੋਵੇਗਾ ਸਾਡੇ ਮੂੰਹ ਦੇ ਉੱਤੇ ਗੈਰ ਜ਼ਬਾਨ ਆਵੇਗੀ ਤੁਸੀਂ ਇੱਕ ਪਰਮੇਸ਼ਵਰ ਨੂੰ ਰੱਬ ਨੂੰ ਪ੍ਰਾਪਤ ਕੀਤੇ ਹੋਏ ਲੋਕ ਹੋਵੇਗੇ ਲੋਕ ਕਹੇਗਾ ਇਹ ਆ ਮੈਨ ਆਫ ਗੋਡ ਇਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਦਿਖਦਾ ਇਹਦੇ ਅੰਦਰ ਉੱਤਰ ਈਸ਼ਵਰ ਦੀ ਆਤਮਾ ਰਹਿੰਦੀ ਆ ਇਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਆ ਇਹ ਹੁਣ ਆਮ ਨਹੀਂ ਆ ਇਹ ਹੁਣ ਉਹ ਨਹੀਂ ਆ ਇਹ ਹੁਣ ਉਹ ਜਿੰਦਰ ਨਹੀਂ ਆ ਇਹ ਹੁਣ ਉਹ ਪਰਮੇਸ਼ਵਰ ਨਹੀਂ ਆ ਇਹ ਹੁਣ ਉਹ ਰਮਨ ਨਹੀਂ ਆ ਇਹ ਹੁਣ ਉਹ ਆਸ਼ਾ ਨਹੀਂ ਆ ਇਹ ਬਦਲ ਚੁੱਕੀ ਆ ਇਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਆ ਚੁੱਕਾ ਔਰ ਲੇਕਿਨ ਜਿਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਉਹ ਕੰਮ ਕਰੇਗਾ ਜੋ ਪਰਮੇਸ਼ਵਰ ਕਰਦਾ ਮੈਂ ਕਿਹਾ ਅੱਜ ਤੋਂ ਬਾਅਦ ਤੁਸੀਂ ਜਮਾਂ ਕਰ ਕਰੋਗੇ ਸ਼੍ਰੀ ਨਾਮ ਵਿੱਚ ਪਰਮੇਸ਼ਵਰ ਮੈਂ ਤੇਰੇ ਵਚਨ ਨੂੰ ਪਿਆਰ ਕਰਦਾ ਮੈਂ ਤੇਰੇ ਵਚਨ ਨੂੰ ਲਵ ਕਰਦਾ ਇਸ ਲਈ ਤੇਰਾ ਵਚਨ ਮੇਰੇ ਹੱਥ ਦੇ ਵਿੱਚ ਆ ਔਰ ਸਦਾ ਮੇਰੇ ਨਾਲ ਰਹਿੰਦਾ ਮੇਰੇ ਅੰਦਰ ਔਰ ਮੇਰੇ ਹੱਥਾਂ ਦੇ ਵਿੱਚ ਸਦਾ ਇਹ ਮੇਰੇ ਨਾਲ ਰਹਿੰਦਾ ਯਿਸੂ ਮਸੀਹ ਦੇ ਨਾਮ ਚੋਂ ਵਿਸ਼ਵਾਸ ਕਰਨ ਵਾਲੋ ਮੇਂ ਜੇ ਚਿੰਨ ਹੋਗੇ ਮੈਂ ਮੇਰੇ ਨਾਮ ਸੇ ਦੁਸ਼ਟ ਆਤਮਾ ਕੋ ਨਿਕਾਲੇਂਗੇ ਮੈਂ ਨਈ ਨਈ ਭਾਸ਼ਾਏਂ ਬੋਲੇਂਗੇ ਮੈਂ ਸਾਂਪੋ ਕੋ ਉਠਾ ਲੇਂਗੇ ਔਰ ਜਦ ਮੈਂ ਪ੍ਰਾਣ ਨਾਸ਼ਕ ਵਸਤੂ ਵੀ ਪੀ ਜਾਏ ਤੋ ਵੀ ਉਨਕੀ ਕੁਛ ਹਾਨੀ ਨਾ ਹੋਗੀ ਵੈ ਬਿਮਾਰੋਂ ਪਰ ਹੱਥ ਰੱਖੇਂਗੇ ਬਿਮਾਰ ਚੰਗੇ ਹੋ ਜਾਏਂਗੇ ਲੋਕ ਚਾਹੁੰਦੇ ਜੋ ਮੈਂ ਗੱਲਾਂ ਬੋਲੀਆਂ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੀ ਗੱਲ ਸਭ ਤੋਂ ਪਹਿਲਾਂ ਵਿਸ਼ਵਾਸ ਕਰਨ ਵਾਲੇ ਚਿੰਨ ਹੋਣਗੇ ਮੇਰੇ ਨਾਮ ਦੇ ਦੁਸ਼ਟ ਆਤਮਾ ਨੂੰ ਕੱਢਣਗੇ ਪ੍ਰਭੂ ਕਹਿੰਦਾ ਜਿਹੜੇ ਮੇਰੇ ਤੇ ਭਰੋਸਾ ਕਰਦੇ ਆ ਮੇਰੇ ਉੱਤੇ ਵਿਸ਼ਵਾਸ ਕਰਦੇ ਆ ਮੇਰੇ ਨਾਮ ਨੂੰ ਮੰਨਦੇ ਆ ਕੇਵਲ ਮੇਰੀ ਹੀ ਉਪਾਸਨਾ ਕਰਦੇ ਆ ਕੇਵਲ ਮੇਰੇ ਹੀ ਅੱਗੇ ਝੁਕਦੇ ਆ ਕੇਵਲ ਮੇਰੀ ਹੀ ਨਾਮ ਦੀ ਆਰਾਧਨਾ ਕਰਦੇ ਆ ਜਿਹੜੇ ਯਿਸੂ ਨਾਮ ਤੋਂ ਵਿਸ਼ਵਾਸ ਕਰਦੇ ਨੇ ਕਿਹਾ ਉਹਨਾਂ ਵਿੱਚ ਚਿੰਨ ਹੋਣਗੇ ਉਹ ਮੇਰੇ ਨਾਮ ਦੇ ਵਿੱਚ ਕਹਿੰਦਾ ਦੁਸ਼ਟ ਆਤਮਾ ਨੂੰ ਕੱਢਣਗੇ ਔਰ ਨਈ ਨਈ ਭਾਸ਼ਾ ਬੋਲਣਗੇ ਉਹ ਅੰਨੇ ਅੰਨੇ ਭਾਸ਼ਾ ਨੂੰ ਬੋਲਣਗੇ ਨਵੀਆਂ ਨਵੀਆਂ ਭਾਖਿਆਵਾਂ ਬੋਲਣਗੇ ਨਵੀਆਂ ਨਵੀਆਂ ਭਾਸ਼ਾਵਾਂ ਬੋਲਣਗੇ ਇਹ ਕੀ ਹੈ ਵਿਸ਼ਵਾਸ ਕਰਨ ਵਾਲੇ ਦੇ ਚਿੰਨ ਹੋਣਗੇ ਅਗਰ ਤੁਸੀਂ ਬਿਲੀਵ ਕਰਦੇ ਆ ਔਰ ਤੁਸੀਂ ਅੰਨੇ ਭਾਸ਼ਾ ਦੇ ਵਰਦਾਨ ਨੂੰ ਨਹੀਂ ਪਾਇਆ ਤਾਂ ਅੱਜ ਤੁਹਾਨੂੰ ਕੀ ਹੈ ਪਾਉਣ ਦੀ ਲੋੜ ਆ ਹਾਲੇਲੂਇਆ ਹੁਣ ਅਗਰ ਤੁਸੀਂ ਉਹ ਨਹੀਂ ਪਾਇਆ ਪਵਿੱਤਰ ਆਤਮਾ ਗੈਰ ਜ਼ਬਾਨ ਦੇ ਸ਼ਬਦ ਨਹੀਂ ਪਾਏ ਤਾਂ ਤੁਹਾਡੀਆਂ ਕਾਫੀ ਆਸ਼ਾਂ ਕਾਫੀ ਮਿਰਕਲਸ ਰੁਕੇ ਹੋਏ ਆ ਕਿਸ ਭਾਸ਼ਾ ਦੀ ਗੱਲ ਕਰ ਰਹੇ ਹਾਂ ਉਹ ਭਾਸ਼ਾ ਜਿਹੜੀ ਤੁਹਾਡੇ ਅੰਦਰ ਜੋ ਤੁਸੀਂ ਉਹ ਸ਼ਬਦ ਨੂੰ ਤੁਸੀਂ ਦੇਖੋਗੇ ਕਈ ਲੋਕ ਤੁਹਾਡੇ ਪੜੋਸੀ ਬੋਲਦੇ ਨੇ ਤੁਸੀਂ ਕਹਿੰਦੇ ਇਹ ਕੀ ਬੋਲੀ ਜਾ ਰਿਹਾ ਤੁਹਾਨੂੰ ਨਹੀਂ ਪਤਾ ਉਹਨੂੰ ਵੀ ਨਹੀਂ ਪਤਾ ਉਹ ਕੀ ਬੋਲ ਰਿਹਾ ਪਰ ਉਹਦੀ ਆਤਮਾ ਪ੍ਰਾਰਥਨਾ ਕਰ ਰਹੀ ਆ ਔਰ ਜਿਹੜੀ ਅੰਨੇ ਭਾਸ਼ਾ ਦੀ ਪ੍ਰਾਰਥਨਾ ਆ ਇਹ ਪਰਮੇਸ਼ਵਰ ਹੀ ਸਮਝ ਸਕਦਾ ਇਹਨੂੰ ਸ਼ੈਤਾਨ ਨਹੀਂ ਸਮਝ ਸਕਦਾ ਸਮਝ ਹੱਡੀਆਂ ਠੀਕ ਹੋ ਰਹੀਆਂ ਬੈਕ ਪੇਨ ਜਾ ਰਿਹਾ ਚੁੱਲ੍ਹਾ ਠੀਕ ਹੋ ਰਿਹਾ ਚੁੱਲ੍ਹਾ ਠੀਕ ਹੋ ਰਿਹਾ ਅੱਖਾਂ ਦੀ ਚਸ਼ਮੇ ਉੱਤਰ ਰਹੇ ਆ ਤੁਹਾਡੇ ਬਲੈਕ ਚਸ਼ਮੇ ਲੱਗ ਰਹੇ ਆ ਔਰ ਹੋਲੀ ਸਪਿਰਿਟ ਦਿਖਾ ਰਿਹਾ ਉਹ ਉੱਤਰ ਰਿਹਾ ਤੁਸੀਂ ਬਲੈਕ ਚਸ਼ਮਾ ਪਾਇਆ ਹੋਇਆ ਬਲੈਕ ਰੰਗ ਦਾ ਉਹ ਚਸ਼ਮਾ ਉੱਤਰ ਰਿਹਾ ਹੀਲ ਕਰ ਰਿਹਾ ਤੁਹਾਨੂੰ ਹੀਲ ਕਰ ਰਿਹਾ ਉਹ ਸਿਸਟਰ ਆ ਉਹ ਬ੍ਰਦਰ ਆ ਉਹ ਸਿਸਟਰ ਆ ਦੋ ਜਾਣੇ ਆ ਪ੍ਰਭੂ ਤੁਹਾਨੂੰ ਹੀਲ ਕਰ ਰਿਹਾ ਪ੍ਰਭੂ ਤੁਹਾਨੂੰ ਹੀਲ ਕਰ ਰਿਹਾ ਪਾਸਟਰ ਜੀ ਇਸ ਬੱਚੇ ਦੀ ਅਦਭੁਤ ਗਵਾਹੀ ਆ ਪਾਸਟਰ ਜੀ ਇੱਕ ਬੱਚਾ ਜਾਂਦਾ ਜੰਮਿਆ ਪਾਸਟਰ ਜੀ ਨੇ ਕਦੀ ਮੂੰਹ ਨਹੀਂ ਖੋਲਿਆ ਸੀ ਅੱਜ ਤੱਕ ਨਹੀਂ ਇਹ ਕੁਛ ਵੀ ਬੋਲਿਆ ਪਾਸਟਰ ਜੀ ਅੱਜ ਜਿੱਦੇ ਇਹਦੇ ਲਈ ਪ੍ਰੇਅਰ ਹੋਈ ਪਾਸਟਰ ਜੀ ਇਹਨੇ ਆਪਣਾ ਮੂੰਹ ਖੋਲਿਆ ਇਹਨੇ ਬੋਲਣਾ ਸ਼ੁਰੂ ਕੀਤਾ ਪਾਸਟਰ ਜੀ ਫਸਟ ਟਾਈਮ ਬੋਲਣਾ ਸ਼ੁਰੂ ਕੀਤਾ ਇਹਨਾਂ ਦੇ ਮੰਮਾ ਪਹਿਲੀ ਵਾਰ ਪਾਸਟਰ ਜੀ ਜਗ੍ਹਾ ਤੇ ਆਏ ਅੱਜ ਪਹਿਲੀ ਵਾਰ ਲੈ ਕੇ ਆਏ ਆ ਪਹਿਲੀ ਵਾਰ ਕਦੇ ਬੱਚਾ ਤੁਹਾਡਾ ਬੋਲਿਆ ਨਹੀਂ ਆ ਹਾਲੇਲੂਇਆ ਪਾਸਟਰ ਜੀ 7 ਮਹੀਨਿਆਂ ਤੋਂ ਇਹਨਾਂ ਦੇ ਪੈਰ ਤੁਸੀਂ ਦੇਖ ਸਕਦੇ ਹੋ ਪਾਸਟਰ ਜੀ ਕਿਸ ਤਰ੍ਹਾਂ ਇਹਨਾਂ ਦਾ ਪੈਰ ਸੁੱਜਿਆ ਹੋਇਆ ਜ਼ਖਮ ਦੇ ਨਾਲ 1.5 ਮਹੀਨੇ ਤੋਂ ਮੰਜੇ ਦੇ ਉੱਤੇ ਪੈਸੇ ਤੁਰੇ ਨਹੀਂ ਸੀ ਪਾਸਟਰ ਜੀ ਅੱਜ ਸਿਸਟਰ ਪਹਿਲੀ ਵਾਰੀ ਸਟੇਜ ਦੇ ਉੱਪਰ ਚੱਲ ਰਹੀ ਹੈ ਪਾਸਟਰ ਜੀ ਪਿੱਛੋਂ ਤੁਰ ਕੇ ਆਈ ਹੈ ਸਿਸਟਰ 7 ਮਹੀਨਿਆਂ ਤੋਂ ਗੋਡਿਆਂ ਦੀ ਪ੍ਰੋਬਲਮ ਦੇ ਨਾਲ ਦੇਖੋ ਬਸ ਇਹਨਾਂ ਦੇ ਬਿਸਤਰ ਤੇ ਹੀ ਸੀਗੇ ਬਿਸਤਰ ਤੇ ਸੀ ਚੱਲ ਨਹੀਂ ਸੀ ਪਾਉਂਦੇ ਜਿਹਨਾਂ ਨੇ ਕਦੇ ਬਿਸਤਰ ਤੋਂ ਚੱਕ ਕੇ ਵਾਸ਼ਰੂਮ ਕਰਾਉਂਦੇ ਸੀ ਜੁਰਨ ਪਾਸ ਕਰਾਉਂਦੇ ਸੀ ਅਤੇ ਫੈਮਿਲੀ ਚੱਕ ਕੇ ਲੈ ਕੇ ਜਾਂਦੇ ਸੀ ਅੱਜ ਉੱਥੋਂ ਤੁਰ ਕੇ ਆਏ ਆਪ ਹੀ ਚੱਲ ਕੇ ਆਏ ਆ ਜਾਓ ਚਲੋ ਤੁਰੋ ਤੁਰੋ ਘੁੰਮੋ ਆ ਜਾਓ ਜਿੰਨੀ ਤੇਜ਼ ਚੱਲ ਸਕਦੇ
आज जितनी तेज चल सकते हैं उन्नी जल्दी गवाही बढ़ रही है। आज जितनी तेज चलूंगे उन्नी जल्दी ठीक होंगे। आज आज पज के पज के पज के पज के पज के जल्दी 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 हालेलुया। जोधपुर शेरगढ़ के रहने वाले आज पहली बार आए हैं।
ਜਿਸਦਾ ਨਾਮ ਪਰਮਜੀਤ ਆ ਇਸ ਸਮਰਾਲਾ ਦੇ ਰਹਿਣ ਵਾਲੇ ਆ ਇਹਨਾਂ ਦੀ ਗਵਾਈ ਇਹਨਾਂ ਦੀ ਪੱਥਰੀ ਦੀ ਆ 2 ਸਾਲ ਤੋਂ ਇਹਨਾਂ ਦੇ ਪੱਥਰੀ ਸੀਗੀ ਗੁਰਦੇ ਦੇ ਵਿੱਚ 4 MM ਦੀਆਂ 2 ਪੱਥਰੀਆਂ ਸੀਗੀਆਂ ਤੇ ਜਦੋਂ ਆਪਣੀ ਜੋ ਵੱਡੀ ਮੀਟਿੰਗ ਸੀਗੀ ਐਤਵਾਰ ਦੀ ਜਦੋਂ ਪੈਲਸ ਦੇ ਵਿੱਚ ਆਏ ਤੁਸੀਂ ਤੁਹਾਡੀਆਂ ਪੱਥਰੀਆਂ ਜਾ ਰਹੀਆਂ ਇਹਨਾਂ ਨੇ ਰਿਸੀਵ ਕੀਤਾ ਪਿਛਲੇ ਐਤਵਾਰ ਜਦੋਂ ਆਏ ਉਹ ਵੱਡੀ ਮੀਟਿੰਗ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਰਿਸੀਵ ਕੀਤਾ ਤੇ ਜਦੋਂ ਵਾਸ਼ਰੂਮ ਗਏ ਤੇ ਯੂਜ਼ ਰਾਹੀਂ ਇਹਨਾਂ ਦੀਆਂ ਦੋਨੇ ਪੱਥਰੀਆਂ ਬਾਹਰ ਨਿਕਲ ਗਈਆਂ ਤੁਸੀਂ ਪ੍ਰੋਫੈਸੀ ਕਰਦੇ ਜਿਨ੍ਹਾਂ ਦੇ ਰਿਸ਼ਤੇ ਟੁੱਟੇ ਜੁੜਨ ਜਾ ਰਹੇ ਆ 10-11 ਸਾਲ ਤੋਂ ਇਹਨੇ ਸਿਸਟਮ ਫੋਰਨ ਦੇ ਵਿੱਚ ਆ ਤੇ ਉਹ ਇਹਨਾਂ ਨਾਲ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਕਰਦੇ ਸੀ ਜਦੋਂ ਬਾਹਰੋਂ ਗੱਲ ਕਰਦੇ ਸੀ ਸਹੀ ਤਰੀਕੇ ਨਾਲ ਗੱਲ ਨਹੀਂ ਕਰਦੇ ਸੀਗੇ ਨਾ ਇਹਨਾਂ ਦੇ ਕਾਗਜ਼ ਭੇਜਦੇ ਸੀਗੇ ਲੇਕਿਨ ਇਹਨਾਂ ਨੇ 2 ਹਫ਼ਤੇ ਪਹਿਲੇ ਪ੍ਰੇਅਰ ਲਿਖਵਾਈ ਉਸ ਤੋਂ ਬਾਅਦ ਇਹਨਾਂ ਨੇ ਰਿਸੀਵ ਕੀਤਾ ਤੁਸੀਂ ਤੁਹਾਡੇ ਟੁੱਟੇ ਰਿਸ਼ਤੇ ਜੁੜਨ ਜਾ ਰਹੇ ਆ ਉਸ ਤੋਂ ਬਾਅਦ 1 ਵੀਕ ਤੋਂ ਇਹਨਾਂ ਦੇ ਸਿਸਟਰ ਲਗਾਤਾਰ ਇਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਹੁਣ ਬਿਲਕੁਲ ਵੀ ਲੜਾਈ ਝਗੜਾ ਨਹੀਂ ਬਿਲਕੁਲ ਉਹ ਇਹਨਾਂ ਨਾਲ ਗੱਲਬਾਤ ਕਰ ਰਹੇ ਆ 2 ਹਫ਼ਤੇ ਤੋਂ ਪਹਿਲਾਂ ਮੈਂ ਉਹਦੇ ਲਈ ਪ੍ਰੇਅਰ ਕਰਾਈ ਸੀ ਇੱਥੇ ਕਿ ਮੇਰੀ ਸਿਸਟਰ ਮੈਨੂੰ ਕਾਲ ਕਰਨ ਲੱਗ ਜਾਵੇ ਤੇ ਹੁਣ 1 ਵੀਕ ਹੋ ਗਿਆ ਸਾਨੂੰ ਉਹ ਕੰਟੀਨਿਊ ਸਾਡਾ ਗੱਲ ਕਰ ਰਹੀ ਹੈ ਲੋਕ ਕੀ ਕਹਿੰਦੇ ਸੁਣੋ ਲੋਕ ਕੀ ਕਹਿੰਦੇ ਆ ਅਗਰ ਟੈਸਟ ਗਏ ਅਸੀਂ ਤੈਨੂੰ ਛੱਡ ਦੇਣਾ ਪਰ ਤੈਨੂੰ ਕੀ ਕਹਿ ਰਿਹਾ ਸਾਡੇ ਛੱਡੇ ਹੋਏ ਟੁੱਟੇ ਰਿਸ਼ਤੇ ਜੁੜਨ ਜਾ ਰਹੇ ਆ ਲੋਕਾਂ ਦੀ ਸੁਣਨੀ ਕਿ ਪਰਮੇਸ਼ਰ ਦੀ ਸੁਣਨੀ ਹੈ ਪਾਸਟਰ ਜੀ 12 ਸਾਲ ਤੋਂ ਇਹ ਸਿਸਟਰ ਰੀੜ ਦੀ ਹੱਡੀ ਦੇ ਦਰਦ ਦੇ ਕਾਰਨ ਮੈਡੀਸਨ ਖਾ ਰਹੀ ਹੈ ਪਾਸਟਰ ਜੀ ਹੁਸ਼ਿਆਰਪੁਰ ਤੋਂ ਇਹ ਮੀਟਿੰਗ ਅਟੈਂਡ ਕਰਨ ਇੱਥੇ ਪਹਿਲੀ ਵਾਰ ਆਈ ਹੈ ਪਾਸਟਰ ਜੀ ਅੱਜ ਜਿੱਤੇ ਇਹਨਾਂ ਦੇ ਲਈ ਪ੍ਰਾਰਥਨਾ ਹੋਈ ਪਾਸਟਰ ਜੀ ਉਹ ਸਾਰਾ ਦਰਦ ਸਾਰਾ ਦੁੱਖ ਖਤਮ ਹੋ ਚੁੱਕਾ ਪਾਸਟਰ ਜੀ ਇੱਦਾਂ ਨਾ ਚੰਗਾ ਕਰੇਗਾ ਗੁਰੂ ਗੁਰੂ ਆ ਰਹੇ ਆ ਪੂਰੇ ਪੰਜਾਬ ਦੇ ਲਿਖਿਆ ਜਦੋਂ ਯੇਸ਼ੂ ਮਸੀਹ ਨੇ ਪਵਿੱਤਰ ਆਤਮਾ ਨਾਲ ਭਰ ਕੇ ਸੇਵਕਾ ਸਟਾਰਟ ਕੀਤੀ ਸ਼ੁਰੂ ਕਰਨੀ ਲਿਖਿਆ ਉਹਦੀ ਚਰਚਾ ਸਾਰੇ ਪਾਸੇ ਫੈਲ ਗਈ ਇਹ ਫੈਲ ਜਾਏਗੀ ਚਰਚਾ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਹਰ ਇੱਕ ਮੀਡੀਆ ਦੀ ਚੀਫ ਦੇ ਦੁਆਰਾ ਯੇਸ਼ੂ ਦੇ ਨਾਮ ਦੇ ਵਿੱਚ ਔਰ ਬਹੁਤ ਸਾਰੇ ਭੀੜ ਮੈਂ ਦੇਖ ਰਿਹਾ ਇਕੱਠਾ ਹੋ ਕੇ ਪਰਮੇਸ਼ਰ ਦੇ ਭਵਨ ਵੱਲ ਆਉਂਦੇ ਹੋਏ ਯੇਸ਼ੂ ਦੇ ਨਾਮ ਵਿੱਚ